ਆਂਦਾ ਸਾਰੀ ਮਿਹਨਤ ਖਰਚ ਇਖਰਾਜਾਤ ਇਮਾਮ ਜ਼ਮਾਨਾ ਦੇ ਹਜ਼ੂਰ ਪਹੁੰਚੇ ਤੋ ਅਜ਼ੀਮ ਇਬਾਦਤ ਸ਼ੁਮਾਰ ਫਰਮਾ। ਮੇਰੇ ਮੌਲਾ ਇਮਾਮ ਹਾਦੀ ਮਹਦੀ ਇਮਾਮ ਜ਼ਮਾਨਾ ਦਾ ਜ਼ਹੂਰ ਜਲਦ ਫਰਮਾ। ਇੱਕ ਸਲਵਾਤ ਪਾਕਾਂ ਦੀ ਜ਼ਾਤ ਤੇ ਉੱਚੇ ਆਵਾਜ਼ ਨਾਲ। أعوذ بالله من الشيطان الرجيم بسم الله الرحمن الرحيم صلوا ماشاءاللہ لا حول ولا قوة الا بالله العلي العظيم الحمد لله الذي نور قلوبنا صاحب الحسین صلوا اما بعد فقط قال رسول الله صلى الله عليه وآله وسلم بسم الله الرحمن الرحيم من كنت مولاه فهذا علي مولاه صلوا کوشش کرو بلند صلوات پڑھو نبیان دا سلطان اللہ دی پوری رحمت مجسمہ شرافت رسول ਕਹਿ ਕੂੰ ਕੁਝ ਨਾ ਆਖਣ ਵਾਲਾ ਨਬੀ ਉਹ ਜ਼ਬਾਨ ਨਹੀਂ ਹਲਦੀ ਜਬ ਤੱਕ ਖੁਦਾ ਨਾ ਆਖੇ, ਉਹ ਕਦਮ ਨਹੀਂ ਚਾਹੁੰਦਾ ਜਬ ਤੱਕ ਰਹਿਮਾਨ ਨਾ ਆਖੇ। ਜਿਹੜਾ ਬੰਦਾ ਵੀ ਕਲਾਮੇ ਨਬੀ ਵਿੱਚ, ਕਲਾਮੇ ਇਮਾਮ ਵਿੱਚ, ਕਲਾਮੇ ਮਾਸੂਮ ਵਿੱਚ ਸ਼ੱਕ ਕਰੇ ਉਹ ਲਾਂਤੀ ਹੈ, ਉਹਦਾ ਪਿਓ ਕੋਈ ਨਹੀਂ। ਜੀ ਹਾਂ, ਪੈਗੰਬਰ ਮਜਮੇ ਦੇ ਨਾਲ ਇੱਕ ਗੱਲ ਕੀਤੀ ਹੈ, ਮਜਮਾ ਕੋਈ ਪੰਜ ਦਸ ਬੰਦੇ ਨਹੀਂ, ਦੋ ਰਿਵਾਇਤਾਂ ਜਾਂ 75,000 ਬੰਦਾ ਹੀ ਜਾਂ 1,25,000 ਬੰਦਾ। ਬਾਬਾ ਜੀ, 75,000 ਬੰਦਾ ਹੋਵੇ ਤਾਂ ਵੀ ਬਹੁਤ ਬੜਾ ਇਜਤਮਾ ਹੈ, 1,25,000 ਬੰਦਾ ਹੋਵੇ ਤਾਂ ਵੀ ਬਹੁਤ ਬੜਾ ਇਜਤਮਾ ਹੈ। ਗੱਲ ਖੁੱਲ੍ਹੇ ਮੈਦਾਨ ਵਿੱਚ ਕੀਤੀ, ਪੈਗੰਬਰ ਨੇ ਮਜਮੇ ਦੇ ਪਾਸੇ ਡਿੱਠਾ, ਮਜਮੇ ਦੇ ਪਾਸੇ ਦੇਖ ਕੇ ਫਰਮਾਉਂਦੇ ਨੇ ਤੁਸੀਂ ਮੇਰੀ ਗੱਲ ਸੁਣਦੇ ਪਏ ਹੋ, ਤੁਹਾਡੀ ਅੱਖੀਂ ਵੀ ਠੀਕ ਹਨ, ਤੁਹਾਡੇ ਕੰਨ ਵੀ ਠੀਕ ਹਨ। 1,25,000 ਬੰਦੇ ਆਖਿਆ ਜੀ ਸਾਡੀ ਅੱਖੀਂ ਵੀ ਠੀਕ ਹਨ, ਸਾਡੇ ਕੰਨ ਵੀ ਠੀਕ ਹਨ, ਬਾਈਪਾਸ ਇਸ਼ਾਰਾ ਕਰਾਂ ਤੁਹਾਡੇ ਦਿਮਾਗ ਵੀ ਠੀਕ ਹਨ। 1,25,000 ਬੰਦੇ ਦੀ ਜ਼ਬਾਨ ਹੱਲੀ ਹੈ ਜੀ ਸਾਡੀ ਅੱਖੀਂ ਵੀ ਠੀਕ ਹਨ, ਸਾਡੇ ਕੰਨ ਵੀ ਠੀਕ ਹਨ, ਸਾਡੇ ਜ਼ਿਹਨ ਵੀ, ਸਾਡੇ ਦਿਮਾਗ ਵੀ ਠੀਕ ਹਨ। ਪੈਗੰਬਰ ਫਰਮਾਇਆ ਜਿਹੜੀ ਮੈਂ ਗੱਲ ਮਜਮੇ 'ਚ ਪਿਆ ਕਰਦਾ ਸੁਣਦੇ ਪਏ ਹੋ, 1,25,000 ਬੰਦੇ ਆਖਿਆ ਜੀ ਸੁਣਦੇ ਪਏ ਹਾਂ। ਪੈਗੰਬਰ ਨੇ ਇੰਜੇ ਆਪਣਾ ਸੱਜਾ ਬਾਜ਼ੂ ਹਵਾ 'ਚ ਬੁਲੰਦ ਕੀਤਾ, ਫਰਮਾਇਆ ਇਹ ਕਹਿੰਦਾ ਹੱਥ ਹੈ, 1,25,000 ਬੰਦੇ ਆਖਿਆ ਜੀ ਇਹ ਮੁਹੰਮਦ ਮੁਸਤਫਾ ਦਾ ਹੱਥ ਹੈ। ਵੱਧ ਪੈਗੰਬਰ ਨੇ ਦੂਸਰਾ ਬਾਜ਼ੂ ਹਵਾ 'ਚ ਬੁਲੰਦ ਕੀਤਾ, ਫਰਮਾਇਆ ਇਹ ਕਹਿੰਦਾ ਹੱਥ ਹੈ, 1,25,000 ਬੰਦੇ ਆਖਿਆ ਜੀ ਇਹ ਅਲੀ ਦਾ ਹੱਥ ਹੈ। ਪੈਗੰਬਰ ਨੇ ਮਜਮੇ ਦੇ ਪਾਸੇ ਦੇਖ ਕੇ ਫਰਮਾਉਂਦੇ ਮੇਰੇ ਪਾਸੇ ਦੇਖੋ, ਮੈਨੂੰ ਇਸ ਗੱਲ ਦਾ ਜਵਾਬ ਦਿਓ, ਨਬੀ ਦੇ ਹੱਥ 'ਚ ਅਲੀ ਦਾ ਹੱਥ ਹੈ ਜਾਂ ਅਲੀ ਦੇ ਹੱਥ 'ਚ ਨਬੀ ਦਾ ਹੱਥ ਹੈ? ਬਸ ਟਾਈਮ 'ਚ ਇਤਨੀ ਵਸਤ ਨਹੀਂ, ਮੈਂ ਬਸ ਇੱਕ ਜੁਮਲਾ, ਉਸ ਤੋਂ ਬਾਅਦ ਮੁਸਾਹਿਬ ਕਿਬਲਾ। ਪੈਗੰਬਰ ਨੇ ਫਰਮਾਇਆ ਕਿ ਅਗਰ ਤੁਸੀਂ ਸਮਝ ਗਏ ਹੋ ਕਿ ਨਬੀ ਦੇ ਹੱਥ 'ਚ ਅਲੀ ਦਾ ਹੱਥ ਹੈ, ਫਿਰ ਮੈਂ ਮੁਹੰਮਦ ਦੀ ਗੱਲ ਯਾਦ ਰੱਖਾ ਹੈ, ਅੱਜ ਤੋਂ ਬਾਅਦ ਜਿਸ ਜਿਸ ਦਾ ਮੈਂ ਮੌਲਾ ਹਾਂ, ਮੇਰੇ ਬਾਅਦ ਹਰ ਬੰਦੇ ਦੇ ਪੁੱਤਰ ਦਾ ਅਲੀ ਮੌਲਾ ਹੈ। ਬਸ ਕਿਬਲਾ, ਅਗਰ ਦੁਨੀਆ ਅਲੀ ਦੀ ਵਿਲਾਇਤ 'ਤੇ ਜਮ੍ਹਾਂ ਹੋ ਜਾਂਦੀ, ਅਲੀ ਦੀਆਂ ਧੀਆਂ ਬਾਜ਼ਾਰਾਂ 'ਚ ਨਾ ਰੁਲਦੀਆਂ।
ਸਜਾਣਿਆ ਨਹੀਂ ਮੁਹੰਮਦ ਵਾਲੇ ਮੁਹੰਮਦ ਕੋ ਮੁਸਲਮਾਨਾਂ। ਬਿਸਮਿਲ੍ਲਾ ਕਿਬਲਾ ਬਾਰਾਂ ਮੁਹਰਮ ਕੋ ਕਰਬਲਾ ਤੋਂ ਟੁਰੀਆਂ, ਮੈਂ ਜੀ ਕਿਉਂ ਨਾ ਆਖਾਂ ਟੁਰੀਆਂ ਨਹੀਂ ਮੁਸਲਮਾਨਾਂ ਨੇ ਟੁਰਾਈਆਂ। ਸ਼ਾਮ ਆ ਗਈ, ਮੈਂ ਬਸ ਮੁਕਾਵਾਂ, ਸ਼ਾਮ ਆ ਗਈ ਹੈ। ਹੁਸੈਨ ਦੇ ਵਿਹੜੇ ਦੀ ਬਤੂਲ ਜ਼ਿੰਦਾਂ, ਸ਼ਾਮ ਦੇ ਜ਼ਿੰਦਾਂ ਵਿੱਚ ਕੈਦ ਆਈ। ਇੱਕ ਚਾਰ ਸਾਲ ਦੀ ਬੱਚੀ ਹੈ ਜਿਸ ਦਾ ਵਾਲਿਦ ਉਸਦੇ ਨਾਲ ਹੈ, ਜ਼ਿੰਦਾਂ ਦੇ ਸਾਹਮਣੇ ਗੁਜ਼ਰ ਹੋਇਆ ਹੈ ਉਸਦਾ। ਜਦੋਂ ਜਿੱਠਾ ਨਾ ਮੇਰੇ ਸੰਨ ਦੀ ਬੱਚੀ ਰੋਂਦੀ ਬੈਠੀ ਹੈ, ਪਿਓ ਦਾ ਦਾਮਨ ਪਕੜ ਕੇ ਆਦੀ ਹੈ, ਬਾਬਾ ਅਗਰ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਇਸ ਬੱਚੀ ਕੋਲੋਂ ਪੁੱਛਾਂ ਤੇਰਾ ਕਿਹੜਾ ਨੁਕਸਾਨ ਹੋਇਆ। ਬਾਬਾ ਜੀ ਇਜਾਜ਼ਤ ਮਿਲੀ, ਉਹ ਬੱਚੀ ਇੰਜ ਜ਼ਿੰਦਾਂ ਦੀਆਂ ਸਲਾਖਾਂ ਦੇ ਨਾਲ ਆ ਕੇ ਬਹਿ ਗਈ ਹੈ। ਰੋ ਕੇ ਆਦੀ ਹੈ, ਕੈਦਣ ਬੀਬੀ, ਇਹ ਕੈਦਣ ਬੀਬੀ ਮੇਰੀ ਸੈਨ ਇੰਜ ਸਰ ਚਾਏ ਜੀ। ਸਵਾਲ ਕਰਕੇ ਆਦੀ ਹੈ, ਕੈਦਣ ਬੀਬੀ ਤੇਰਾ ਨਾਮ ਕੇ। ਬੀਬੀ ਆਦੀ ਹੈ, ਅਸਲ ਮੇਰਾ ਨਾਂ ਫਾਤਿਮਾ ਹੈ, ਪਿਆਰ ਕੋਲੋਂ ਮੈਨੂੰ ਬਾਬਾ ਸਕੀਨਾ ਛੱਡਿੰਦਾ ਹੈ। ਦੂਜਾ ਸਵਾਲ ਕਰਕੇ ਆਦੀ ਹੈ, ਕੈਦਣ ਬੀਬੀ ਤੁਹਾਡਾ ਵਤਨ ਕਿਹੜਾ ਹੈ। ਬੀਬੀ ਆਦੀ ਹੈ, ਸਾਡਾ ਵਤਨ ਮਦੀਨਾ। ਤੀਜਾ ਸਵਾਲ, ਕੈਦਣ ਬੀਬੀ ਤੁਹਾਡੀ ਜ਼ਾਤ ਕਿਆ ਹੈ। ਬੀਬੀ ਆਦੀ ਹੈ, ਅਸਾਂ ਸੈਯਦ ਹੈ। ਚੌਥਾ ਸਵਾਲ, ਨਹੀਂ ਜਿਗਰ ਦੇ ਖੰਜਰ ਚੱਲਦੇ ਨੇ, ਇਹ ਬੱਚੀ ਸਵਾਲ ਕਰਕੇ ਆਦੀ ਹੈ, ਕੈਦਣ ਬੀਬੀ ਤੇਰਾ ਪਿਓ ਕਿੱਥੋਂ ਰਹਿੰਦਾ ਹੈ। ਬੀਬੀ ਆਦੀ ਹੈ, ਮਾਰੇ ਗਏ ਕਹਿ ਮਾਰੇ ਮੁਸਲਮਾਨਾਂ, ਕਿੱਥੋਂ ਮਾਰਾਂ ਨੇ ਕਰਬਲਾ। ਬੱਚੀ ਦੀ ਆਵਾਜ਼ ਪਈ ਆਉਂਦੀ ਹੈ, ਬੀਬੀ ਤੇਰੇ ਪਿਓ ਦਾ ਬਿਰਾ ਕੋਈ ਨਾ। ਸਕੀਨਾ ਦੀ ਆਵਾਜ਼ ਪਈ ਆਉਂਦੀ ਹੈ, ਕਤਾਰ ਬਿਰਾਵਾਂ ਦੀ ਆਈ, ਮੇਰਾ ਬੜਾ ਸੋਹਣਾ ਚਾਚਾ ਜਿਹਦਾ ਨਾਮ ਅਬਾਸਾ, ਪਾਣੀ ਭਰਨ ਗਿਆ ਨਾ ਆ ਪਾਇਆ ਨਾ ਪਾਣੀ ਆਇਆ, ਉਹਦੇ ਬਾਜ਼ੂ ਕਲਮ ਹੋ ਗਏ। ਬਾਰਾਂ ਮੁਹਰਮ ਨੂੰ ਲਾਜ਼ੇ ਵਾਸਤੇ ਮੁਲਾਕਾਤ ਹੋਈ ਹੈ, ਮੈਂ ਸ਼ਾਮ ਲੱਗੀ ਆਈਆਂ ਉਹ ਕਰਬਲਾ ਸਮਝ ਗਿਆ ਹੈ। ਬੱਚੀ ਦੀ ਆਵਾਜ਼ ਪਈ ਆਉਂਦੀ ਹੈ, ਕੈਦਣ ਬੀਬੀ ਜੇ ਨਾਰਾਜ਼ ਨਾ ਥੀਵੇਂ ਤਾਂ ਤੇਰਾ ਬਿਰਾ ਕੋਈ ਨਾ। ਸਕੀਨਾ ਦੀ ਆਵਾਜ਼ ਪਈ ਆਉਂਦੀ ਹੈ, ਮੇਰੇ ਬੜੇ ਸੋਹਣੇ ਬਿਰਾ ਹੈਨ, ਇੱਕ ਮੇਰਾ ਬਿਰਾ ਜਿਹਦਾ ਨਾਂ ਅਲੀ ਅਕਬਰਾ, ਉਸ ਤੋਂ ਛੋਟਾ ਜਿਹਦਾ ਨਾਂ ਅਲੀ ਅਸਗਰਾ। ਅਸਗਰ ਦਾ ਨਾਂ ਚੈਂਦੀ ਆਈ, ਚੋਲੇ ਦੇ ਦਮ ਨਾਲ ਕਾਸ਼ਾ ਬਦੀ ਹੋਈ ਆਈ, ਚੁੰਮਦੀ ਆਈ ਅੱਖੀਂ ਤੇ ਲੈਂਦੀ ਆਈ, ਬੋਡ ਬੋਡ ਵਹਿੰਦੀ ਆਈ। ਮੈਂ ਬਿਸਮਿਲ੍ਲਾ ਕਰਾਂ, ਬੱਚੀ ਆਦੀ ਅੱਛਾ ਕੈਦਣ ਬੀਬੀ, ਮੈਂ ਇਕੱਲੀ ਨਾ ਮੇਰਾ ਵਾਲਿਦ ਨਾਲ, ਜ਼ਿੰਦਗੀ ਹੋਈ ਤਾਂ ਮੈਂ ਵੱਧ ਜਲਦੀ ਤੈਨੂੰ ਮਿਲਣ ਆਸਾਂ। ਹੁਣ ਜੋ ਬੱਚੀ ਸੱਤ ਕਦਮ ਚਾਇਨ ਕੋ ਖਿਆਲ ਜੋ ਆਏ ਵਾਪਸ ਵੱਲੀਏ, ਰੋ ਰੋ ਕੇ ਆਦੀਏ, ਕੈਦਣ ਬੀਬੀ ਮੈਂ ਤਾਂ ਹੁਣ ਡਿੱਠਾ ਏ ਤੇਰੇ ਕੰਨਾਂ ਚੋ ਖੂਨ। ਸਕੀਨਾ ਦੀ ਆਵਾਜ਼ ਪਈ ਆਉਂਦੀ ਹੈ, ਬੇ ਤੈਨੂੰ ਹਾਲ ਦੇਵਾਂ, ਸ਼ਹਿਰ ਮਦੀਨਾ ਈਦੜੀ ਮੇਰੇ ਸੋਹਣੇ ਬਾਬੇ ਯਮਨ ਚੋਂ ਦੌਰ ਮਗਾਇਆ, ਮੈਨੂੰ ਜੋਲੀ ਚ ਬੁਲਾਇਆ, ਪਿਓ ਮੈਨੂੰ ਦੌਰ ਪਵਾਇਆ, ਮੈਂ ਨਿੱਕੀਆਂ ਨਿੱਕੀਆਂ ਬਾਈ ਪਿਓ ਦੀ ਗੱਲ ਚ ਪਾਈਆ, ਹਵੇਲੀ ਚ ਮੇਰਾ ਪਿਓ ਟੁਰਦਾ ਰਿਹਾ, ਹਰ ਕਦਮ ਤੋਂ ਬਾਅਦ ਪੁੱਛਦਾ ਸੋਹਣੇ ਲੱਗਦੇ ਨੀ। ਮੈਂ ਆਦੀ ਰਹੀਆਂ ਸ਼ਾਲਾ ਪਾਚ ਪਵੈਣ, ਸ਼ਾਮੇ ਗਰੀਬਾਂ ਮੇਰੇ ਪਿਓ ਦੇ ਕਾਤਲ ਮੇਰੇ ਦੁਰ ਲਾਹ ਲੈਣ। ਬੱਚੀ ਦੀ ਆਵਾਜ਼ ਪਈ ਆਉਂਦੀ ਹੈ, ਕਹਿਦਣ ਬੀਬੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਦੁਰ ਪਾਈ ਤਾਂ ਮੈਂ ਵੀ ਖੜੀਆਂ, ਦੁਰ ਮੈਂ ਆਪਣੇ ਲਹਿੰਦੀ ਵੀ ਆਪਾਂ ਤੇ ਪੈਂਦੀ ਵੀ ਆਪਾਂ, ਦੁਰ ਲਹਾਵਣ ਤੇ ਪਾਵਣ ਦੇ ਨਾਲ ਕੰਨ ਜ਼ਖਮੀ ਤਾਂ ਨਹੀਂ ਆਉਂਦੇ। ਅੱਲਾ ਗਵਾਏ ਅਸਗਰ ਦੀ ਭੈਣ ਦਾ ਮੱਥਾ ਸਲਾਖਾਂ ਤੇ ਲੱਗਾ ਹੈ, ਰੋ ਰੋ ਕੇ ਆਦੀਏ ਦੁਰ ਇੰਜ ਨਹੀਂ ਲਾਹੇ, ਉਹ ਜਿਵੇਂ ਪਾਏ ਵੇਨ ਉਹ ਦੁਰ ਹਨ ਖਾਸ ਯਮਨ ਦੇ ਹੱਥ ਪਾਕ ਨਾ। ਸਲਾਮਤ ਰਹੋ। ਮਾਲੂਮ ਨਹੀਂ ਆਪਕੋ